ਹੈ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅਤੇ ਪਾਰਕਿੰਗ ਕੀਤੀ ਹੈ ਅਜੇ, ਅਤੇ ਬੱਚੇ ਕਾਫੀ ਘੱਟ ਹੈਗੇ ਅੱਜ, ਪਤਾ ਨਹੀਂ ਕਿਉਂ, ਅਤੇ ਚਲੋ ਹੋਰ ਕੋਈ ਕਾਰਨ ਹੋਏਗਾ, ਅਤੇ ਬਾਕੀ ਜੀ ਵੇਖ ਸਕਦੇ ਹੋ ਹਾਲ ਇੱਥੋਂ ਦਾ, ਠੰਡ ਵਾਧੂ ਹੋਈ ਹੋਈ ਆ, ਪੀਪਲ ਦੇ ਵੱਡੇ ਵੱਡੇ ਪੇੜ ਅਤੇ ਉਹਨਾਂ ਨੇ ਬੜੀ ਬੜੀ ਕੁੱਤਾਂ, ਨਹੀਂ ਵਾਲ ਹੀ ਹੋ ਗਏ ਵੈਸੇ ਤਾਂ, ਹੈਗੀ ਆ ਜੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅਤੇ ਤੁਹਾਨੂੰ ਦਿਖਾ ਦਿੰਦੇ ਕੋਈ ਜ਼ੂਮ ਕਰਕੇ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੈਗੀ ਆ, ਅਤੇ ਆਹ ਵੇਖੋ ਜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਭ ਤੋਂ ਵੱਡੀ ਬਿਲਡਿੰਗ, ਲਾਇਬ੍ਰੇਰੀ ਕਹਿੰਦੇ ਨੂੰ ਆਪਾਂ, ਵੈਸੇ ਬਹੁਤ ਕੁਛ ਹੈਗਾ ਇੱਥੇ, ਵੈਸੇ ਤਾਂ ਐਸ ਬੀ ਆਈ ਦਾ ਛੋਟਾ ਜਿਹਾ ਇੱਕ ਏ ਟੀ ਐਮ ਅਤੇ ਬੈਂਕ ਵੀ ਹੈਗਾ ਇੱਥੇ, ਵੈਸੇ ਮੈਂ ਕਾਫੀ ਦਿਨ ਹੋ ਕੇ ਵੇਖਿਆ ਆ, ਮੈਂ ਤੁਹਾਨੂੰ ਦਿਖਾ ਦਈਏ ਜੇ ਕੋਈ ਸਟੂਡੈਂਟ ਨਵਾਂ ਆਉਂਦਾ ਇੱਥੇ, ਅਤੇ ਇਹ ਜੀ ਹੈਗਾ ਜੀ ਇੱਥੇ ਲਾਗੇ ਛੋਟੀ ਕਮਰੇ 'ਚ ਹੈਗਾ ਬੈਂਕ ਵੀ ਹੈਗਾ ਇਹਦਾ ਇੱਕ, ਅਤੇ ਬਸ ਇੱਥੇ ਜੀ ਹੈਗਾ ਜੀ ਨੋ ਸਮੋਕਿੰਗ ਏਰੀਆ, ਅਤੇ ਧਿਆਨ ਨਾਲ ਵੇਖ ਲਿਓ, ਅਤੇ ਆਹ ਸੈਵਨ ਸਿਸਟਰਸ ਕਹਿੰਦੇ ਇਹਨੂੰ ਸ਼ਾਇਦ, ਇਹ ਬਹੁਤ ਇੱਥੇ ਬਹੁਤ ਜ਼ਿਆਦਾ ਹੁੰਦੀਆਂ ਆ, ਅਤੇ ਇੱਥੇ ਕਾਫੀ ਜ਼ਿਆਦਾ ਹੁੰਦੀਆਂ, ਅਤੇ ਇਹਦੀ ਦੇਖ ਸਕਦੇ ਹੋ ਲੱਗੇ ਜਾਂਦੇ ਜਾਣ ਕੇ, ਕਿਉਂਕਿ ਇਹਨਾਂ ਨੂੰ ਆਰਤ ਪੈ ਗਈ ਹੋਈ ਸਟੂਡੈਂਟ ਸੀ ਉੱਥੇ, ਮਤਲਬ ਇਨਸਾਨਾਂ ਦੀਆਂ, ਇਹ ਵੇਖੋ ਬੈਠੀ ਹੋਈ ਆ, ਇਹਨੇ ਕੁਛ ਨਹੀਂ ਕਹਿਣਾ ਇਹਨੂੰ, ਅਤੇ ਜੀ ਉਹ ਲੱਗਿਆ ਜੇ ਔਰਗੈਨਿਕ ਸ਼ਹਿਦ, ਅਤੇ ਸ਼ਹਿਦ ਮਧੂਮੱਖੀ ਦਾ ਛੱਤਾ, ਅਤੇ ਇਹ ਵੇਖੋ ਜੀ ਇਸ ਗੁੱਸੇ 'ਚ ਹੈਗੇ ਕਿ ਮੈਂ ਲੱਗੇ ਹੋਇਆ ਇਹਨਾਂ ਦੇ, ਚਲੋ ਠੀਕ ਹੈ ਜੀ, ਅਤੇ ਕਾਫੀ ਜ਼ਿਆਦਾ ਸਾਫ਼ ਹੈਗੀ ਐਸ ਕੰਪੇਅਰ ਟੂ ਅਦਰ ਯੂਨੀਵਰਸਿਟੀ, ਅਤੇ ਇਸ ਕਰਲ ਆ ਜੀ ਕੁਛ ਲੈ ਕੇ ਜਾ ਰਹੀ ਹੈ ਮੂੰਹ 'ਚ ਭੱਜ ਗਈ, ਕਾਫੀ ਜ਼ਿਆਦਾ ਸਾਫ਼ ਹੈਗੀ ਆ ਐਸ ਕੰਪੇਅਰ ਟੂ ਅਨਦਰ ਯੂਨੀਵਰਸਿਟੀਸ, ਅਤੇ ਬਾਕੀ ਇੱਥੇ ਦੀ ਆ ਵਾਈਲਡ ਲਾਈਫ ਬਹੁਤ ਜ਼ਿਆਦਾ ਹੈਗੀ ਇੱਥੇ, ਹਾਂ ਜੀ ਇਹ ਹੈਗਾ ਜੀ ਇਹਦੀ ਬੈਕ ਸਾਈਡ, ਅਤੇ ਮੈਂ ਚੱਲਾਂ ਕਲਾਸਾਂ ਲਾਉਣ, ਮੈਂ ਚੱਲਾਂ ਕਲਾਸਾਂ ਲਾਉਣ, ਅਤੇ ਬੜੀ ਕਲਾਸ ਹੁੰਦੀ ਹੈ ਜੀ ਸਪੈਸ਼ਲ, ਅਤੇ ਮਾਸਟਰੀ ਕਰਦੇ ਪਏ ਹਾਂ ਅਤੇ ਉਹਦੇ ਵਿੱਚ ਸਪੈਸ਼ਲ ਕਲਾਸ ਲੱਗਣੀ ਹੈ, ਕਿਉਂਕਿ ਕਲਾਸ ਲੱਗਣੀ ਹੈ, ਅਤੇ ਬਾਕੀ ਚੱਲਦੇ ਪਏ ਹਾਂ ਕਲਾਸ ਚੱਲੇ ਹਾਂ, ਟਾਈਮ ਵੈਸੇ 9:30 ਦਾ ਸੀ, ਆਪਾਂ ਥੋੜ੍ਹੇ ਲੇਟ ਹੀ ਆਏ ਹਾਂ ਕਿਉਂਕਿ ਠੰਡ ਬਹੁਤ ਸੀ, ਟ੍ਰੈਫਿਕ ਮੇਰੇ ਕਰਨੀ ਹੁੰਦੀ, ਅਤੇ ਜੀ ਇਹ ਹੈਗੀ ਆ ਕੰਟੀਨ, ਇੱਥੇ ਬੱਚਿਆਂ ਨਾਲੋਂ ਵੱਧ ਤਾਂ ਕੰਟੀਨਾਂ ਵੇਖੀਆਂ ਜੀ ਮੈਂ, ਅਤੇ ਬਹੁਤ ਕੁਛ ਮਿਲਦਾ ਜੀ, ਪੀਜ਼ਾ ਪਾਸਤਾ ਆਪਣਾ ਕੇਕ ਬਰਗਰ ਕੋਕ ਸ਼ੇਕਸ ਹਰ ਚੀਜ਼ ਇੱਕ ਅਵੇਲੇਬਲ ਹੁੰਦੀ ਹੈ ਇੱਥੇ, ਅਤੇ ਆਲੂ ਪਰੌਂਠੇ ਵੀ ਆ ਜੀ, ਅਤੇ ਜੀ ਆਹ ਵੇਖੋ ਜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਵਿਊ ਵੇਖ ਲਓ ਤੁਸੀਂ ਸਾਰੇ, ਕਿਆ ਬਾਤ ਆ ਜੀ, ਅਤੇ ਆਹ ਲੋਹੇ ਦੇ ਵੱਡੇ ਵੱਡੇ ਹੈਂਗਰ ਆ ਜੀ ਟੰਗੇ ਹੋਏ ਇਹਨਾਂ ਇੱਥੇ, ਇਹਨਾਂ ਦੇ ਕਾਰਨ ਕੁਰਨ ਹੈਗਾ ਦੱਸਿਓ ਇੱਥੇ, ਵੀਡੀਓ ਬਣਾਵਾਂਗੇ ਇੱਕ, ਅਤੇ ਆਹ ਵੇਖੋ ਜੀ ਵਾਈਲਡ ਲਾਈਫ ਕਿੰਨੀ ਹੈਗੀ ਇੱਥੇ, ਸਕਿਰਲਸ ਕਟਾਰਾਂ ਕਿੰਨੀਆਂ ਜੀ, ਆਹ ਵੇਖੋ ਜੀ, ਆਹ ਵੇਖੋ ਜੀ ਬਹੁਤ ਕੁਛ ਹੈ ਜੀ ਇੱਥੇ, ਗਲਰੀਆਂ ਭਰੀਆਂ ਪਈਆਂ ਜੀ, ਤੁਹਾਡੇ ਹੱਥ 'ਚ ਰੋਟੀ ਲੈ ਕੇ ਜਾਣ ਕੇ ਇੰਨੀਆਂ ਟ੍ਰੇਂਡ ਕੀਤੀਆਂ ਗਈਆਂ ਤੁਸੀਂ, ਅਤੇ ਆਪਣੀ ਕਲਾਸ ਆ ਗਈ ਹੈ ਜੀ ਲਾਇਬ੍ਰੇਰੀ, ਅਤੇ ਚੱਲਦੇ ਹਾਂ, ਅਤੇ ਇਹ ਵੇਖੋ ਜੀ ਲੈਕਚਰ ਥੀਏਟਰ ਕੰਪਲੈਕਸ, ਹਾਂਜੀ ਜੀ ਐਂਟਰੈਂਸ ਇੱਥੋਂ ਦੀ ਬੰਦ ਕੀਤੀ ਇਹਨਾਂ ਨੇ ਡਿਊ ਟੂ ਸਮ ਰੀਜ਼ਨਸ, ਅਤੇ ਆਪਾਂ ਚੱਲੇ ਹਾਂ ਜੀ ਬੈਕ ਸਾਈਡ ਤੋਂ ਐਂਟਰੀ ਲੈਣ ਲੱਗੇ ਹਾਂ, ਚੱਲਦੇ ਹਾਂ ਜੀ, ਦੇਖਦੇ ਹਾਂ ਸਰ ਆਏ ਨਹੀਂ ਆਏ, ਨਹੀਂ ਪ੍ਰੋਫੈਸਰ ਆਏ ਨਹੀਂ ਆਏ, ਅਤੇ ਬਾਕੀ ਗੱਲਾਂ ਕਰਦੇ ਬਾਅਦ 'ਚ, ਅਤੇ ਇੱਕ ਹੋਰ ਕੰਟੀਨ ਆ ਜੀ ਅਵਲੀ, ਇੱਕ ਹੋਰ ਕੰਟੀਨ ਆ ਜੀ ਅਵਲੀ, ਹੈਗੇ ਜੀ ਲੈਕਚਰ ਤੋਂ ਬਾਅਦ ਇੱਕਦਮ ਬਾਹਰ ਭੱਜਦੇ ਕੰਟੀਨ ਵੱਲ, ਭੁੱਖਾਂ ਲੱਗੀ ਹੁੰਦੀ ਇਹਨਾਂ ਨੂੰ, ਆਹ ਵੇਖੋ ਜੀ ਕੰਟੀਨ 'ਚ
ਹਾਂਜੀ ਜੀ ਇਹ ਕੰਟੀਨ ਆ ਜੀ ਕੰਟੀਨ ਆ ਜੀ ਸਮੂਦੀ ਬਣਦੀ ਜੀ ਜੀ ਇਹਨੂੰ ਥੋੜੇ ਬਿਸਕੁਟ ਪਾਤੇ ਸੀ ਵਿਚਾਰਾ ਭੁੱਖਾ ਪਵਾਉਂਦਾ ਸੀ ਥੋੜਾ ਜਿਹਾ ਮੈਂ ਕਿਹਾ ਪਾ ਦਿੰਦੇ ਜੀ ਇਹਨੂੰ ਫਿਰ ਖਾ ਪਮੀਰ ਖਾ ਚਲ ਠੀਕ ਹੈ ਬਾਏ ਜੀ ਬਿਲਡਿੰਗ ਆ ਰਹੀ ਯੂਨੀ ਫੈਸਟੀਵਲ ਦੀ ਇੱਥੇ ਹੁੰਦਾ ਯੂਨੀ ਫੈਸਟੀਵਲ ਹਾਂ ਇੱਥੇ ਹੀ ਹੁੰਦਾ ਜੀ ਤੇ ਕਾਫੀ ਪੁਰਾਣੀ ਬਿਲਡਿੰਗ ਵੇਖਣ ਚ ਨਵੀਂ ਆ ਵੇਖਦੇ ਹਾਂ ਕੀ ਹਿਸਾਬ ਕਿਤਾਬ ਆ ਚੱਲਦੇ ਹਾਂ ਜੀ ਇੱਥੇ ਉਹਨਾਂ ਨੂੰ ਕਾਫੀ ਜ਼ਿਆਦਾ ਗ੍ਰੀਨਰੀ ਹੈਗੀ ਇੱਥੇ ਆ ਗਿਆ ਜੀ ਦਸ਼ਮੇਸ਼ ਆਡੀਟੋਰੀਅਮ ਤੇ ਜੀ ਇੱਥੇ ਹਰ ਥਾਂ ਤੇ ਮਤਲਬ ਪੁਲਿਸ ਬਹੁਤ ਹੈਗੀ ਹੈ ਸਿਕਿਉਰਿਟੀ ਬਹੁਤ ਜ਼ਿਆਦਾ ਹੈਗੀ ਯੂਨੀਵਰਸਿਟੀ ਦੀ ਤੇ ਸਟੂਡੈਂਟ ਦੀ ਸਿਕਿਉਰਿਟੀ ਟੀਚਰ ਦੀ ਸਿਕਿਉਰਿਟੀ ਬਹੁਤ ਜ਼ਿਆਦਾ ਹੈਗੀ ਇੱਥੋਂ ਦੀ ਤੇ ਆ ਜੀ ਆਏ ਹਾਂ ਕਿੱਥੇ ਕਿਉਂਕਿ 400 acres ਦੀ ਤੇ ਯੂਨੀਵਰਸਿਟੀ ਹੈਗੀ ਆ ਤੇ ਹੈਗਾ ਬਾਇਓਲੋਜੀ ਬਲੋਕ ਤੇ ਤੁਸੀਂ ਵੇਖ ਸਕਦੇ ਜਿੱਦਾਂ ਬਾਇਓਲੋਜੀ ਬਲੋਕ ਆ ਕਾਫੀ ਵੱਡੀ ਯੂਨੀਵਰਸਿਟੀ ਹੈਗੀ ਆ ਤੇ ਤੁਸੀਂ ਜੋਗਿੰਗ ਕਰਨੀ ਹੋਏ ਐਕਸਰਸਾਈਜ਼ ਕਰਨੀ ਆ ਸਕਦੇ ਇੱਥੇ ਜਿਮ ਵੀ ਹੈਗਾ ਆ ਇੱਥੇ ਨਾ ਜਿਮ ਵੀ ਹੈਗਾ ਲਾਗੇ ਜਿਮ ਵੀ ਹੈਗਾ ਲਾਗੇ ਇਹਦੇ ਪਾਪਾ ਨੂੰ ਆਇਆ ਫਸਟ ਟਾਈਮ ਆਇਆ ਸੀ ਪਾਪਾ ਨਾਲ ਤੇ ਉਹ ਵੇਖਿਆ ਜਿਮ ਜਿਮ ਐ ਨੀ ਕਿ ਪੂਰਾ ਗੋਲਡ ਜਿਮ ਨੀ ਆਮ ਜਿਹਾ ਪਾਰਕ ਜਿਮ ਹੁੰਦਾ ਉਹ ਹੈਗਾ ਡਮਰੋ ਵਗੈਰਾ ਨੂੰ ਰੱਸੀ ਰੁੱਸੀਆਂ ਪਾਈਆਂ ਹੋਈਆਂ ਇਹਨਾਂ ਨੇ ਹਾਂ ਤੇ ਇੱਕ ਇੱਕ ਪੁਸ਼ ਲਾਈਏ ਪੁਸ਼ ਆਇਓ ਤੇ ਬਿੱਲੀਆਂ ਬਹੁਤ ਆ ਜੀ ਇੱਥੇ ਵੀ ਉਹ ਜਾਂਦੀ ਪਈ ਛੋਟੀ ਜੀ ਵੜ ਗਈ ਥੋੜੀ ਚੱਲਦੇ ਆ ਜੀ ਹੁਣ ਜਿਮ ਚੱਲ ਕੇ ਆਉਂਦੇ ਆ ਬਾਕੀ ਥੋੜੇ ਜਿਹੇ ਮੈਂ ਵਲੋਗ ਪਹਿਲਾਂ ਸ਼ੂਟ ਕੀਤੇ ਨਿੱਕੇ ਨਿੱਕੇ ਦੇ ਵੀਸੀ ਆਫਿਸ ਤੇ ਬਾਹਰ ਕਿਸ ਤਰ੍ਹਾਂ ਇਨਫਰਾਸਟਰਕਚਰ ਕਿਹੋ ਜਿਹਾ ਹੈਗਾ ਯਾਰਾ ਤੇ ਅੰਦਰ ਜਾਵਾਂਗੇ ਆਡੀਟੋਰੀਅਮ ਚ ਹਰੇ ਯੂਥ ਫੈਸਟੀਵਲ ਇਸ ਸੰਡੇ ਨਹੀਂ ਹੈਗਾ ਪਿਛਲੇ ਸੰਡੇ ਹੈਗਾ ਸੀ ਨਾ ਜੇ ਇਹ ਸੰਡੇ ਨਹੀਂ ਹੈਗਾ ਤੇ ਅਗਲੇ ਹਫਤੇ ਆਵਾਂਗੇ ਵੇਖਾਂਗੇ ਬਾਕੀ ਤੁਹਾਨੂੰ ਥੋੜਾ ਵਿਊ ਦਿਖਾ ਦਿੰਦੇ ਇੱਧਰ ਦਾ ਬਾਕੀ ਕਾਫੀ ਕਲੀਨ ਕਾਫੀ ਹੈਗਾ ਆ ਤੁਹਾਨੂੰ ਵਿਖਾ ਦਈਏ ਕੈਪਟਨ ਅਮਰਿੰਦਰ ਸਿੰਘ ਦਾ ਬੋਰਡ ਲੱਗਿਆ ਇੱਥੇ ਆ ਤੁਸੀਂ ਪੋਸਟ ਕਰਕੇ ਰੀਡ ਕਰ ਸਕਦੇ ਹੋ ਤੇ ਬਾਕੀ ਇਹ ਹੈਗਾ ਜੀ ਤੁਸੀਂ ਵੇਖ ਸਕਦੇ ਹੋ ਸਭ ਕੁਛ ਟੋਟਲੀ ਹੀ ਬਾਹਰ ਦੇ ਯੂਨੀਵਰਸਿਟੀ ਵਾਂਗੂ ਟੋਟਲੀ ਇਨਫਰਾਸਟਰਕਚਰ ਕਰਤਾ ਇਹਨਾਂ ਨੇ ਆ ਜੀ ਵੋਟਿੰਗ ਜੋ ਵੋਟਸ ਹੁੰਦੇ ਸੀ ਇਲੈਕਸ਼ਨ ਉਹ 'ਚ ਇਹਨਾਂ ਨੇ ਕੁਛ ਕੀਤਾ ਹੈਗਾ 22 'ਚ ਜੋ ਅਗਲੇ ਸਾਲ ਹੋਣੇ ਆ ਤੇ ਆਪਾਂ ਵੀ ਸਾਈਨ ਕਰ ਦਈਏ ਸੋਚਣ ਦੇ ਆਪਾਂ ਵੀ ਸਾਈਨ ਕਰ ਦਿੰਦੇ ਹੈਗੇ ਹਾਂ ਤੇ ਕਾਫੀ ਜ਼ਿਆਦਾ ਵਧੀਆ ਮਾਹੌਲ ਹੈਗਾ ਕਿਉਂਕਿ ਮੋਸਟਲੀ ਟਾਈਮ ਹੈਗਾ ਸਰਦੀਆਂ ਟਾਈਮ ਹੈਗਾ ਤੇ ਧੁੱਪ 'ਚ ਆਓ ਤੇ ਕਾਫੀ ਵਧੀਆ ਲੱਗਦਾ ਹੈਗਾ ਆ ਪਰ ਜਦੋਂ ਜੂਨ ਜੁਲਾਈ ਦੀ ਗਰਮੀ ਪੈਂਦੀ ਆ ਹਿਊਮਿਡਿਟੀ ਦੇ ਵਿੱਚ ਬਾਬੂ ਬੱਚਾ ਬਹੁਤ ਤੰਗ ਹੁੰਦਾ ਹੈਗਾ ਤੇ ਥੋੜ੍ਹੇ ਜਿਹੇ ਮੈਂ ਸੋਚਣਾ ਸੈਨੀਮੈਟਿਕ ਸ਼ੋਟ ਲੈ ਲਈ ਥੋੜ੍ਹੇ ਜਿਹੇ ਉਹ ਤੁਸੀਂ ਥੋੜ੍ਹਾ ਇੰਜੋਏ ਕਰੋ ਤੁਸੀਂ ਜੀ ਮਹਾਰਾਜਾ ਰਣਜੀਤ ਸਿੰਘ ਤੇ ਵੇਖਦੇ ਹਾਂ ਕੀ ਹੈਗਾ ਆ ਤੇ ਕੀ ਹੈਗਾ ਇਹ ਆ ਜੀ ਮਹਾਰਾਜਾ ਰਣਜੀਤ ਸਿੰਘ ਭਵਨ ਹੈਗਾ ਆ ਤੇ ਇਸ ਤਰ੍ਹਾਂ ਇੱਥੋਂ ਹੈਗਾ ਜੀ ਤੇ ਸਾਹਮਣੇ ਜੀ ਪੁਲਿਸ ਵਾਲੇ ਕਾਰਾਂ ਸਾਫ਼ ਕਰ ਰਹੇ ਆਪਣੀਆਂ ਤੇ ਆ ਫਲਾਵਰ ਬਹੁਤ ਸੋਹਣੇ ਹੈਗੇ ਆ ਤੇ ਇੱਕ ਲੱਗ ਜਾ ਕੇ ਫੋਟੋ ਖਿੱਚ ਲੈਂਦੇ ਹਾਂ ਜੀ ਤੇ ਜੀ ਆ ਸੋਲਰ ਪੈਨਲ ਲੱਗੇ ਹੋਏ ਇੱਥੇ ਵੈਸੇ ਤਾਂ ਬਹੁਤ ਜ਼ਿਆਦਾ ਲੱਗੇ ਹੋਏ ਆ ਜੇ ਇੱਕ ਸੈਕਸ਼ਨ ਹੈਗਾ ਓਡੀਐਲ ਉੱਥੇ ਬਹੁਤ ਜ਼ਿਆਦਾ ਸੋਲਰ ਪੈਨਲ ਲੱਗੇ ਹੋਏ ਮੋਸਟ ਯੂਨੀਵਰਸਿਟੀ ਸੋਲਰ ਪੈਨਲ ਦੀ ਸਿਹਤ ਚੱਲਦੀ ਪਈ ਹੈ ਸਰ ਸੋਲਰ ਪੈਨਲ ਹੀ ਗਏ ਯੂਨੀਵਰਸਿਟੀ ਸਾਰੀ ਦੀ
ਬੱਚੇ ਇੱਥੇ ਪੜ੍ਹਦੇ ਪਿਆ ਜੀ। ਇਹਦੇ ਪਾਰਕਿੰਗ ਦੀ ਬਹੁਤ ਜਗ੍ਹਾ ਹੈਗੀ ਇੱਥੇ। ਦੇਖ ਜੀ ਮੇਨ ਯੂਨੀਵਰਸਿਟੀ ਦੀ ਦਾ ਬਿਲਡਿੰਗ ਨਾਲ ਵਿਖਾ ਰਹੇ ਹਾਂ ਕਿਉਂਕਿ 400 ਏਕੜ ਯੂਨੀਵਰਸਿਟੀ ਆ, ਘੁੰਮਣ ਚ ਮੈਂ 3 ਚੜ ਦੇ ਨਾਲ ਜਾਣਾ। ਤੇ ਜੀ ਇਹ ਹੈਗੀ ਆ चले हैं जी फाइटर जेट जेट देखन। एक अपना यूनिवर्सिटी को अपना फाइटर जेट है, अपनी डिफेंस है, डिफेंस सिस्टम भी गेना को अपने है जा करने नहीं है गेना को एवं शो पीस है मतलब है ओरिजिनल पता नहीं कहो बजे इसकी तरह हिस्ट्री दिखाने बाकी तुम व्यू इंजॉय करो। काफी लागे ही आ गए आप तुम दिखाने उधर है गाड़ी। ते यूनिवर्सिटी दस दवा मेरी 6 यूनिवर्सिटीज है इंडिया जिन्हें को जिन्हें को ए प्लस का टैग है ते यूनिवर्सिटी उन्होंने चाहती है। एक तो चंडीगढ़ हैगी है, एक तो GNDU आती है, तो इन्हें वैल्यू इंटरनेशनल लैवल से कह लो कि इंडिया की हार्वर्ड यूनिवर्सिटी हो गई है। ਇਹ ਤੁਸੀਂ ਛੋਟੇ ਛੋਟੇ ਕੋਰਸ ਵੀ ਕਰਦੇ ਹੋ, ਵੱਡੇ ਵੱਡੇ ਕੋਰਸ ਵੈਸੇ ਵੈਲਿਊ ਵੱਧ ਹੋਣੀ ਹੈ ਤੇ ਉਹ ਵੈਲਿਊ ਆਟੋਮੈਟਿਕ ਵੱਧ ਜਾਂਦੀ ਹੈਗੀ ਹੈ। ਜੇ ਕੱਲ੍ਹ ਤੁਸੀਂ ਬਾਹਰ ਜਾਣਾ ਕੈਨੇਡਾ ਜਾਣਾ ਆਸਟ੍ਰੇਲੀਆ ਜਾਣਾ ਤੇ ਤੁਸੀਂ ਇੱਥੋਂ ਕੋਈ ਕੀਤੀ ਹੈ ਕੋਈ ਕੋਰਸ ਕੀਤਾ ਕੋਈ ਵੀ ਤੁਸੀਂ ਉਹਦੀ ਵੈਲਿਊ ਤੁਸੀਂ ਸਮਝ ਲਓ ਕਿ ਬਹੁਤ ਜ਼ਿਆਦਾ ਹੈਗੀ ਉਹਦੀ। ਅਤੇ ਤਾਂ ਹੀ ਮੋਸਟਲੀ ਜਿੰਨੇ ਨੌਰਥ ਇੰਡੀਆ ਦੇ ਹੈਗੇ ਆ ਉਹ ਮੋਸਟਲੀ ਬੱਚੇ ਇੱਥੇ ਹੀ ਆਉਂਦੇ ਆ। ਅਤੇ ਆ ਜੀ ਫਾਈਟਰ ਜੈੱਟ ਕਾਫੀ ਵੱਡਾ ਹੈ ਅਤੇ ਮੈਂ ਇਸ ਵਕਤ ਵਾਈਡ ਐਂਗਲ ਲੈਂਸ ਸ਼ੂਟ ਕਰਦਾ ਪਿਆ ਹੈਗਾ ਆ, ਸਟੈਂਡਰਡ ਲੈਂਸ ਸ਼ੂਟ ਕਰਾਂਗਾ ਅਤੇ ਮੈਂ ਵੀ ਇਹ ਅੱਧਾ ਵੀ ਨਹੀਂ ਆਉਣਾ ਹੈਗਾ। ਅਤੇ ਕਾਫੀ ਪੁਰਾਣਾ ਹੈਗਾ, ਇਹਦੀ ਹਿਸਟਰੀ ਬਾਹਰ ਹੈਗੀ ਆ, ਤੁਹਾਨੂੰ ਵਿਖਾਉਂਦੇ ਹੋਣੇ ਆਪਾਂ ਵੈਸੇ ਕਦੀ ਪੜ੍ਹੀ ਨਹੀਂ ਆ, ਆਪਾਂ ਮੈਨੂੰ ਫੋਟੋ ਖਿਚਾਉਣੀ ਆ ਕਿਉਂ। ਅਤੇ ਬਾਕੀ ਇਹ ਤਾਂ ਵਿਖਾ ਦਿੰਦੇ ਜੀ ਇਹਦਾ ਇੰਜਨ ਕਿਉਂਕਿ ਤੁਹਾਨੂੰ ਹੈ ਵੇਖਣਾ ਤੁਹਾਨੂੰ ਯਕੀਨ ਨਹੀਂ ਕਹਿੰਦੇ ਬਹੁਤ ਵੱਡਾ ਫਾਈਟਰ ਜੈਟ ਹੈਗਾ ਜੀ, ਸਟੈਂਡਰਡ ਲੈਂਸ ਅਤੇ ਪੂਰਾ ਫਾਈਟਰ ਜੈਟ ਆਉਂਦਾ ਹੀ ਨਹੀਂ ਗਾ। ਅਤੇ ਸਾਰੇ ਮੈਂ ਸ਼ੂਟਿੰਗ ਇਸ ਵਕਤ ਇਹਦੇ ਵਾਸਤੇ ਸਿਰਫ ਮੈਂ ਸਪੈਸ਼ਲੀ ਵਾਈਡ ਐਂਗਲ ਲੈਂਸ ਕਰਨ ਲੱਗਾ ਹਾਂ, ਠੀਕ ਹੈ। ਅਤੇ ਇਹ ਹੈਗਾ ਜੀ ਪਿੱਛੇ ਥਰਸਟਰ ਹੈਗਾ, ਇਹਦਾ ਥਰਸਟਰ ਹੀ ਕਹਿੰਦੇ ਨਾ, ਬੂਸਟਰ ਕਹਿੰਦੇ ਥਰਸਟਰ ਹੀ ਗਾ। ਅਤੇ ਇਹ ਵੱਡੇ ਵਧੀਆ ਆਫ ਰੋਡਿੰਗ ਟਾਇਰਸ ਹੈਗੇ ਆ, ਅਤੇ ਵੇਖ ਸਕਦੇ ਹੋ ਮੈਂ ਵੀ ਇੰਜਨ ਸਾਰਾ ਰਿਮੂਵ ਕਰ ਲਿਆ ਆ ਸੈਂਟਰ ਗੌਰਮੈਂਟ ਨੇ, ਇਹਦੇ ਹਾਈਡਰੋਲਿਕ ਅਤੇ ਸਟੱਫ ਹੈਗਾ ਆ। ਜੇ ਇੱਕ ਨੂੰ ਐਰੋਡਾਇਨਮਿਕ ਸਟੱਡੀ ਕਰਨੀ ਆ ਤਾਂ ਕਾਫੀ ਵਧੀਆ ਐਗਜ਼ਾਮਪਲ ਦਿੱਤੀ ਹੋਈ। ਬਾਕੀ ਇਸ ਤਰ੍ਹਾਂ ਹੈਗਾ ਜੀ ਇੱਥੇ ਵੈਸੇ ਤਾਂ ਰਡਾਰ ਲੱਗਿਆ ਹੁੰਦਾ ਆ, ਇਹ ਰਿਮੂਵ ਕਰ ਦਿੱਤਾ ਇਹਨਾਂ ਨੇ। ਇਹ ਅੱਗੇ ਮੈਨੂੰ ਪਤਾ ਕਿੰਨੇ MM ਦੀ ਹੈਗੀ ਆ, ਕਾਫੀ ਤੇਜ਼ ਫਾਇਰਿੰਗ ਹੁੰਦੀ ਹੈ ਇਹ 'ਚ ਵੀ। ਇੱਥੇ ਮੋਸਟਲੀ ਰਡਾਰ ਹੁੰਦਾ ਆ ਅਤੇ ਉਹ ਹੁਣ ਪਤਾ ਨਹੀਂ ਕੀ ਚੀਜ਼ ਹੈਗੀ ਆ। ਅਤੇ ਆਹ ਵੇਖੋ ਨਾ, ਆਹ ਵੇਖੋ ਰਡਾਰ ਵਾਸਤੇ, ਰਡਾਰ ਵਾਸਤੇ ਕੱਚ ਲੱਗਿਆ ਹੈ, ਇੱਥੇ ਰਡਾਰ ਹੁੰਦਾ ਆ, ਤੁਸੀਂ ਸਟੱਡੀ ਕਰ ਸਕਦੇ ਹੋ। ਇਹ ਕਾਫੀ ਛੋਟਾ ਆ ਜਾਂ ਨਵੇਂ ਜਨਰੇਸ਼ਨ ਦੇ ਸਥੋਈ ਹੈ, MK-35 ਇੰਡੀਆ ਕੋਲ ਹੈਗੇ ਆ ਨਵੇਂ 4th ਜਨਰੇਸ਼ਨ ਦੇ, ਉਹ ਕਾਫੀ ਇੱਥੋਂ ਥੋੜੇ ਵੱਡੇ ਸਾਈਜ਼ ਦੇ ਹੈਗੇ ਅਤੇ ਕਾਫੀ ਵਿੰਗ ਸਪੈਨ ਬਹੁਤ ਜ਼ਿਆਦਾ ਹੈਗਾ। ਅਤੇ ਜਿਹੜੀ ਇਹ ਹੈਗੀ ਆ ਜਿੱਥੋਂ ਏਅਰ ਇਨਟੇਕ ਜਾਂਦਾ ਉਹ ਬੰਦ ਕੀਤੀ ਹੋਈ ਇਹਨਾਂ ਨੇ, ਅਤੇ ਉਹ ਕੋਪਿਟ ਅਤੇ ਬਸ ਇਹ ਫਾਈਟਰ ਜੈਟ ਜੀ। ਜੇ ਟੈਂਕ ਵੀ ਹੈਗਾ ਉਹ ਵੀ ਵੇਖਾਂਗੇ, ਕਾਫੀ ਅੰਦਰ ਕਹਿੰਦੇ ਕਾਫੀ ਕਰਕੇ ਹੈਗਾ ਆ। ਇਹ ਤੁਹਾਨੂੰ ਹੁਣ ਵਿਖਾ ਦਿੰਦੇ ਇਹਦੀ ਹਿਸਟਰੀ ਵਿਖਾ ਦਿੰਦੇ ਕੀ ਹੈਗੀ ਆ, ਅਤੇ ਆ ਜਾਓ ਤੁਹਾਨੂੰ ਹਿਸਟਰੀ ਵਿਖਾਈ ਹੈ ਇਹਦੀ। ਅਤੇ ਤੁਹਾਨੂੰ ਪਤਾ ਨਹੀਂ ਆਪਾਂ ਫਸਟ ਟਾਈਮ ਪੜ੍ਹਨ ਲੱਗੇ ਹਾਂ ਅੱਜ ਤੋਂ, ਅਤੇ ਆਇਓ ਹਿਸਟਰੀ ਦੇਖੀ ਹੈ ਜੀ। ਇਹ ਜੀ ਇਹਦੀ ਹਿਸਟਰੀ ਆ, ਤੁਸੀਂ ਪੜ੍ਹ ਸਕਦੇ ਹੋ, ਪੋਸਟ ਕਾਰਡ ਤੁਸੀਂ ਪੜ੍ਹ ਲਿਓ ਸਾਰੀ ਹਿਸਟਰੀ, ਠੀਕ ਹੈ। ਅਤੇ ਜੀ ਆ ਇੱਥੇ ਆ ਯੂਨੀਵਰਸਿਟੀ, ਅਤੇ ਬਾਕੀ ਕਾਫੀ ਆ ਡਿਪਾਰਟਮੈਂਟ ਬੁੱਕ ਬਹੁਤ ਜ਼ਿਆਦਾ ਹੈਗੀ ਉੱਥੇ, ਮੈਂ ਉਸ ਸਾਈਡ VC ਔਫਿਸ ਹੈਗਾ, ਤੁਹਾਨੂੰ ਵੀਡੀਓ ਸ਼ੋ ਹੋ ਜਾਏਗੀ। ਅਤੇ ਇੱਕਦਮ ਵੈਸੇ ਮੈਂ ਫਸਟ ਟਾਈਮ ਆਇਆ ਸੀ, ਉਹਨਾਂ ਨਾਲ ਰਿਕਾਰਡ ਕੀਤੀ ਸੀ ਮੈਂ।
ਬਾਕੀ ਇੱਦਾਂ ਹੀ ਆ ਯੂਨੀਵਰਸਿਟੀ ਸਾਰੀ ਅਤੇ ਇਹਦੀ ਵਿਊ ਵੇਖ ਸਕਦੇ ਹੋ ਕਿੰਨਾ ਵਧੀਆ ਆ ਰਿਹਾ ਹੁਣ ਆਪਾਂ ਅਲਟਰਾ ਵਾਇਲਡ ਲੈਂਸ ਸ਼ੂਟ ਕਰ ਰਿਹਾ ਇਸ ਵਕਤ ਮੈਂ ਅਤੇ ਥੋੜ੍ਹਾ ਜ਼ੂਮ ਕਰਕੇ ਵਿਖਾ ਦਿੰਦੇ ਹਾਂ ਜੀ ਅਤੇ ਕਲਾਸ ਮੈਂ ਵੀ ਲੱਗ ਗਈ ਹੋਣੀ ਵੈਸੇ ਟਾਈਮ 'ਤੇ ਨਹੀਂ ਹੈਗਾ ਲੈਕਚਰ ਦਾ ਫਿਲਹਾਲ ਅਜੇ ਅਤੇ ਦੇਖਦੇ ਹਾਂ ਚੱਲਦੇ ਹਾਂ ਉੱਥੇ ਅਤੇ ਦੋ ਮਿੰਟ ਫੋਟੋ ਸ਼ੂਟ ਕਰ ਲਈਏ ਅਤੇ ਚੱਲਦੇ ਹਾਂ ਵੀ ਹੁਣ ਚੱਲੇ ਹਾਂ ਵਾਪਿਸ ਕਲਾਸ ਚੱਲੇ ਹਾਂ ਜੀ ਆਪਾਂ ਜੀ ਸਾਡੀ ਕਲਾਸ ਕੋਈ ਬੱਚਾ ਨਹੀਂ ਹੈਗਾ ਇੱਥੇ ਅਤੇ ਹਜੇ ਮੈਂ ਵਾਈਡ ਐਂਗਲ ਲੈਂਸ ਸ਼ੂਟ ਕਰ ਰਿਹਾ ਬਹੁਤ ਵੱਡੀ ਕਲਾਸ ਹੈਗੀ ਆ ਜੇ ਸਟੈਂਡਰਡ ਲੈਂਸ ਸ਼ੂਟ ਕਰਾਂਗਾ ਤਾਂ ਇੰਨੀ ਕੱਟ ਜਾਣੀ ਵੀਡੀਓ ਵਾਲੀ ਅਤੇ ਇੱਥੇ ਸਰ ਪੜ੍ਹਾਉਂਦੇ ਆ ਉਹ ਸਮਝ ਕੀਤੇ ਹੋਏ ਆਪਾਂ ਅਤੇ ਠੀਕ ਹੈ ਲਾਈਕ ਵੀ ਕਰ ਦਿਓ ਅਤੇ ਚੈਨਲ ਦੇ ਨਵੇਂ ਆ ਸਬਸਕ੍ਰਾਈਬ ਕਰ ਦਿਓ ਕਰ ਦਿਓ ਕਰ ਦਿਓ ਕਰ ਦਿਓ ਕਰ ਦਿਓ ਜੀ ਸਾਰੀ ਬਿਲਡਿੰਗ ਸੇਮ ਜੋ ਫਲੋਰ ਤੁਹਾਨੂੰ ਵੇਖਦਾ ਪਿਆ ਇੱਥੇ ਜੋ ਤੁਹਾਨੂੰ ਸੇਮ ਵੇਖਦਾ ਪਿਆ ਇੱਥੇ ਤੁਹਾਨੂੰ ਸੇਮ ਸੈਕਿੰਡ ਫਲੋਰ 'ਤੇ ਵੀ ਸੇਮ ਡਿਟੋ ਕਾਪੀ ਕੈਟ ਮਤਲਬ ਕਾਪੀ ਪੇਸਟ ਟੋਟਲੀ ਸੇਮ ਬਿਲਡਿੰਗ ਲੱਗਦੀ ਤੁਸੀਂ ਆ ਫਸਟ ਫਲੋਰ ਸੈਕਿੰਡ ਫਲੋਰ 'ਤੇ ਸਾਰੇ ਫਲੋਰ ਇੱਕੋ ਜਿੱਡੇ ਸੇਮ ਹੈਗੇ ਆ ਅਤੇ ਤੁਹਾਨੂੰ ਕੋਈ ਵਿਖਾ ਦਈਏ ਇਹ ਦੇਖ ਸਕਦੇ ਹੋ ਕੁਛ ਨਹੀਂ ਵਿਹਲੀਆਂ ਮਾਰ ਰਹੇ ਇੱਥੇ ਲੈਕਚਰ ਲੱਗਣਾ ਡੇਢ ਘੰਟੇ ਦੀ ਲੰਚ ਬ੍ਰੇਕ ਹੁੰਦੀ ਆ ਮਤਲਬ ਇੱਕ ਲੈਕਚਰ ਫ੍ਰੀ ਹੁੰਦਾ ਹਮੇਸ਼ਾ ਹੀ ਅਤੇ ਅੱਧੇ ਘੰਟੇ ਦੀ ਲੰਚ ਬ੍ਰੇਕ ਹੈਗੀ ਉਹ ਹੈਗੀ ਆ ਅਤੇ ਬੈਠੇ ਹੋਏ ਧੁੱਪ ਸੇਕ ਰਹੇ ਹਾਂ ਵਿਟਾਮਿਨ ਡੀ ਐਬਜ਼ੋਰਬ ਕਰ ਰਹੇ ਹਾਂ ਅਤੇ ਟਾਈਮ ਕਿੰਨਾ ਆ 12:48 ਹੋ ਗਏ ਆ ਅਤੇ ਅਰੇ ਦੋ ਵਜੇ ਲੈਕਚਰ ਹੈਗਾ ਦੋ ਤਿੰਨ ਲੈਕਚਰ ਹੈਗਾ ਆ ਅਤੇ ਬੈਠੇ ਹੋਏ ਹਾਂ ਬਾਕੀ ਕਾਫੀ ਵਧੀਆ ਹੈਗਾ ਸਰਦੀਆਂ ਹੈਗੀਆਂ ਜੈਕਟ ਪਾਈ ਹੋਈ ਆ ਧੁੱਪ 'ਚ ਬੈਠੇ ਹੋਏ ਹਾਂ ਅਤੇ ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਕਿਸ ਚੀਜ਼ ਦੀ ਮਾਸਟਰੀ ਵਗੈਰਾ ਕਰਦੇ ਪਏ ਹੈਗੇ ਆ ਵੈਲਿਊ ਹੈਗੀ ਨਹੀਂ ਹੈਗੀ ਵੈਲਿਊ ਤਾਂ ਚਲੋ ਹੈਗੀ ਆ ਪਹਿਲਾਂ ਕਿਹੜੇ ਕਰਦੇ ਵਾਂ ਕਿੱਦਾਂ ਕੋਰਸ ਲੱਭਣੇ ਤੁਹਾਡੇ ਵਧੀਆ ਹੈਗੇ ਆ ਕਿਸ ਤਰ੍ਹਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ ਸਭ ਕੁਝ ਦੱਸ ਦੱਸਾਂਗਾ ਵੀਡੀਓ ਥਰੂ ਮੇਰਾ ਹੋ ਬਣਾਵਾਂਗਾ ਵੀਡੀਓ ਦੱਸਿਓ ਕਮੈਂਟ ਥਰੂ ਬਣਾਵਾਂ ਨਾ ਬਣਾਵਾਂ ਅਤੇ ਮੈਂ ਕੀ ਕਰਦਾ ਪਿਆ ਹੈਗਾ ਮੈਂ ਤੋਂ ਪਹਿਲਾਂ ਕਿਚ ਕੀਤੀ ਮੈਂ ਜਿੰਨੀ ਵੀ ਕੀਤੀਆਂ ਮੇਰੀ ਜਿਹੜੀ ਬੈਚਲਰਸ ਕੀਤੀ ਆ ਮੁਝੇ ਮਾਸਟਰੀ ਕਰਦਾ ਪਿਆ ਦੋਵਾਂ ਮੈਂ ਜੀ ਐਨ ਡੀ ਤੋਂ ਕਰਦਾ ਪਿਆ ਹੈਗਾ ਮਤਲਬ ਮੇਰੀ ਬੈਚਲਰਸ ਹੋ ਚੁੱਕੀ ਕੰਪਲੀਟ ਹੋ ਚੁੱਕੀ ਹੋਈ ਆ ਇਸੀ ਗੱਲ ਕੀਤੀ ਅਤੇ ਹੁਣ ਮੈਂ ਮਾਸਟਰੀ ਐਡਮਿਸ਼ਨ ਦਿੱਤੀ ਹੋਈ ਹੈ ਕਿਚ ਦਿੱਤੀ ਦੱਸਿਓ ਮੈਂ ਉਹਤੇ ਸਪੈਸ਼ਲ ਵੀਡੀਓ ਬਣਾਵਾਂਗਾ ਕਿਉਂਕਿ ਲੋਕਾਂ ਨੂੰ ਪਤਾ ਹੀ ਨਹੀਂ ਹੈਗੀਆਂ ਲੋਕ ਇੱਕ ਆਮ ਜਣੀ ਖਣੀ ਯੂਨੀਵਰਸਿਟੀ ਤੋਂ ਕਰ ਲੈਂਦੇ ਹੈਗੇ ਜਿਹਨਾਂ ਕੋਲ ਹੈ ਨਹੀਂ ਪੰਜਾਬ 'ਚ ਬਹੁਤ ਹੈਗੀਆਂ ਆ ਮਤਲਬ ਮੈਂ ਨਾਮ ਨਹੀਂ ਲੈਣ ਲੱਗਾ ਹੈਗੀਆਂ ਆ ਕੋਈ ਪ੍ਰਾਈਵੇਟ ਸੈਕਟਰ ਦੀ ਵੀ ਹੈਗੀਆਂ ਉਹਨੇ ਵੈਲਿਊ ਨਹੀਂ ਹੈਗੀ ਉਹਨਾਂ ਦੀ ਅਤੇ ਇਹਨੇ ਵੈਲਿਊ ਬਹੁਤ ਹੈਗੀ ਆ ਕਿਉਂਕਿ ਇਹ ਪੁਰਾਣੀ ਆ ਅਤੇ ਇਹਦੀ ਪਾਸ ਵੈਲਿਊ ਹੈਗੀ ਆ ਵੈਲਿਊ ਵੀ ਹੈਗੀ ਅਤੇ ਕੁਆਲਿਟੀ ਵੀ ਹੈਗੀ ਆ ਅਤੇ ਬਸ ਦੱਸਿਓ ਕਮੈਂਟ ਕਰੋ ਮੈਨੂੰ ਬਾਕੀ ਤੁਸੀਂ ਇਹ ਵੇਖੋ ਬੱਚੇ ਘੁੰਮਦੇ ਫਿਰਦੇ ਪਏ ਆ ਸਾਢੇ ਨੌ ਤੋਂ ਕਿਉਂਕਿ ਹੋਮ ਲੋਨ ਆਪਾਂ ਵਾਧੇ ਕਰ ਸਕਦੇ ਹਾਂ ਕਮਰਸ਼ੀਅਲ ਦੇ ਨਹੀਂ ਮੈਕਸੀਮਮ ਲਿਮਿਟ ਇੰਨੀ 15 ਕਰ ਦਿੰਦੀ ਹਾਂਜੀ ਹਾਂਜੀ ਅਗਰ ਤੁਹਾਡੀ ਓਨ ਕੰਟ੍ਰੀਬਿਊਸ਼ਨ ਹੈਗੀ ਆ ਵੱਧ ਤਾਂ ਤੁਸੀਂ ਉਹ ਕਰਕੇ ਅਤੇ ਆਪਣਾ ਲੋਨ ਅਮਾਊਂਟ ਘੱਟ ਕਰ ਲਓ ਜੀ ਗਲੈਰੀ ਖਾਂਦੀ ਪਈ ਆ ਨੂਡਲਸ ਲੈਕਚਰ ਖਤਮ ਹੋ ਗਏ ਨੇ ਟੈਂਗ ਨਾ ਹੈ
तीन बज के सर पौने तीन आए 2:40 हो गया जी, लैक्चर खत्म हो गया ते काफी कुछ नवा पता लग गया सानू ते एडवांस लेवल पता लग गया ते हेल्प भी वाधू हुई सही है ते क्योंकि नवे कोई प्रोजेक्ट फाइल बनानी है जी पीसी उत्ते पीपीटी बनानी है पावर पॉइंट प्रेजेंटेशन बनानी है वो पता लग गया है हुण मास्टरी लेवल की करनी पेगी ते हुण कॉपी पेस्ट चलता है नहीं क्योंकि इन्हां कोई सॉफ्टवेयर है बाहर जे कैनेडा में यूज होंगे कहीं कॉपी पेस्ट किया ना ही सॉफ्टवेयर दस देना कॉपी पेस्ट है इतों तो उस समय खुद ही बनाने में कोई गल नहीं अगे बनाने आए हैं ऐसे ऐसे भी इदा ही करते आए हुए हैं तो कर लाँगे बाकी बच्चे भी खेडन लगे इधर हैगी है लाइब्रेरी सेंटर होंगी है जी यदि वो देखी छता लगे उदो कि उ ਉਹ ਵੀ ਕੋਈ ਸ਼ਹਿਦ ਲੱਗਿਆ ਮਧੂਮੱਖੀ ਦਾ ਛੱਤਾ ਲੱਗਿਆ ਸਰੀ ਸ਼ਹਿਦ ਲੱਗਿਆ ਕਹਿਤਾ ਹਾਂਜੀ ਜੀ ਹੁਣ ਮੈਂ ਚੱਲਾਂ ਘਰ ਅਤੇ ਹੁਣ ਬਸ ਵਲੋਗ ਕਰਦੇ ਹਾਂ ਇੱਥੇ ਐਂਡ ਅਤੇ ਯੂਨੀਵਰਸਿਟੀ ਬਹੁਤ ਵੱਡੀ 400 acres ਦੀ ਹੈਗੀ ਆ ਅੱਗੇ ਇਹਦੇ ਅੱਗੇ ਜਾ ਕੇ ਪਾਰਟ ਆਈ ਜਾਣਗੇ ਪਾਰਟ ਵਨ ਪਾਰਟ ਟੂ ਹਜੇ ਪਾਰਟ ਵਨ ਹੀ ਆਇਆ ਅਤੇ ਅੱਗੇ ਜਾ ਕੇ ਆਏਗਾ ਪਾਰਟ ਆਏਗਾ ਔਰ चैनल नए आए चैनल को सब्सक्राइब वीडियो चंगी लगी लाइक कर दियो जो चीज़ क्वेश्चन पूछे या कोई डाउट है कमेंट कर दो आंसर कर देंगे तो इंस्टाग्राम हैंडल दिता है जाके फॉलो करो इंस्टाग्राम से वीडियो चंगी लाइक कर दो शेयर करो सब्सक्राइब कर दो थैंक यू वॉचिंग वीडियो।